ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਸਾਰੇ ਭੈਣ ਭਾਈਆਂ ਨੂੰ ਸਾਰੇ ਸੁਖੀ ਵਸੋਂ ਜੀ ਅੱਜ ਜੀ ਆਪਾਂ ਨੁਸਖਾ ਲੈ ਕੇ ਆਏ ਹਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਵੇਂ ਕਿ ਸਾਹ ਚੜ੍ਹਨਾ ਪੁਰਾਣੀ ਤੋਂ ਪੁਰਾਣੀ ਖੰਘ ਨਜ਼ਲਾ ਅਤੇ ਥਾਈਰਡ ਛਾਤੀ ਪ੍ਰਤੀ ਪ੍ਰੋਬਲਮ ਆ ਜੋ ਆਪਣਾ ਸਾਹ ਔਖਾ ਆਉਂਦਾ ਆਪਾਂ ਨੂੰ ਕਈ ਵਾਰ ਗਲੇ ਦੇ ਟੌਂਸਲ ਇਹ ਅਨੇਕਾਂ ਬਿਮਾਰੀਆਂ ਦਾ ਇਲਾਜ ਹੈ ਜੀ ਹੁਣ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਇਹ ਨੁਸਖਾ ਤਿਆਰ ਕਰਨ ਲਈ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਲੈਣੀ ਹੈ ਜੀ ਸੁੰਡ 10 ਗ੍ਰਾਮ ਅਤੇ ਕਾਲੀ ਮਿਰਚ 10 ਗ੍ਰਾਮ ਪੀਪਲ 10 ਗ੍ਰਾਮ ਠੀਕ ਹੈ ਜੀ ਇਹ ਤਿੰਨੋਂ ਚੀਜ਼ਾਂ ਆਪਾਂ ਨੇ ਮਾਮ ਜਿਸਤੇ 'ਚ ਕੁੱਟਣੀਆਂ ਜੀ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਇਹ ਫਟਕੜੀ ਹੈ ਇਹਦੀ ਤੁਸੀਂ ਤਵੇ 'ਤੇ ਖਿੱਲ ਬਣਾਉਣੀ ਹੈ ਜੀ ਖਿੱਲ ਤੋਂ ਬਾਅਦ ਇਹਦਾ ਪਾਊਡਰ ਬਣਨਾ ਅਤੇ ਇਹ ਹੋ ਗਿਆ ਜੀ ਸੁਹਾਗਾ ਇਹਦੀ ਵੀ ਖਿੱਲ ਬਣਨੀ ਹੈ ਠੀਕ ਹੈ ਜੀ ਇਹਨੂੰ ਵੀ ਤੁਸੀਂ ਮਾਮ ਜਿਸਤੇ 'ਚ ਕੁੱਟ ਲੈਣਾ ਖਿੱਲ ਬਣਾ ਕੇ ਅਤੇ ਇਹ ਹੋ ਗਈ ਜੀ ਆਪਣੀ ਦੇਸੀ ਹਲਦੀ ਇਹ ਹਲਦੀ ਲੈਣੀ ਹੈ ਜੀ ਤੁਸੀਂ 40 ਗ੍ਰਾਮ ਠੀਕ ਹੈ ਜੀ ਇਹ ਪੰਜੇ ਚੀਜ਼ਾਂ ਇਹ 10-10 ਗ੍ਰਾਮ ਨੇ ਜਿਹੜੀ ਹਲਦੀ ਹੈ ਉਹ ਲੈਣੀ ਹੈ ਤੁਸੀਂ 40 ਗ੍ਰਾਮ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਆਪਣਾ ਗੁਦਾਂਤੀ ਭਸਮ ਇਹ ਵੀ ਤੁਸੀਂ 10 ਗ੍ਰਾਮ ਲੈਣਾ ਹੈ ਅਤੇ ਗਲੋਸਤ ਠੀਕ ਹੈ ਜੀ ਇਹ ਵੀ 10 ਗ੍ਰਾਮ ਲੈਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰਨਾ ਹੈ ਜੀ ਦੇਖੋ ਗਲੋਸਤ ਵੀ ਪਾਊਡਰ ਹੈ ਗੁਦਾਂਤੀ ਭਸਮ ਵੀ ਪਾਊਡਰ ਹੈ ਹਲਦੀ ਤੁਹਾਨੂੰ ਕੁੱਟਣੀ ਪੈਣੀ ਹੈ ਪਾਊਡਰ ਬਣਾਉਣਾ ਪੈਣਾ ਅਤੇ ਜਿਹੜਾ ਇਹ ਸੁਹਾਗ ਹੈ ਇਹਦੀ ਖਿੱਲ ਬਣਾਉਣੀ ਹੈ ਅਤੇ ਫਟਕੜੀ ਦੀ ਖਿੱਲ ਬਣਾਉਣੀ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਜਿੱਦਾਂ ਜਿੱਦਾਂ ਮੈਂ ਦੱਸਿਆ ਪੀਸ ਕੇ ਖਿੱਲਾਂ ਵਾਲੀਆਂ ਜੋ ਖਿੱਲ ਬਣਾਉਣੀ ਹੈ ਉਹ ਵੱਖਰੀ ਗੱਲ ਹੈ ਜੀ ਇਹਨਾਂ ਸਾਰੀਆਂ ਨੂੰ ਮਿਕਸ ਕਰ ਲੈਣਾ ਠੀਕ ਹੈ ਜੀ ਕੁੱਟਣਾ ਇਹਨਾਂ ਨੂੰ ਮਾਮ ਜਿਸਤੇ 'ਚ ਹੈ ਠੀਕ ਹੈ ਜੀ ਉਦੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਕੇ ਇਹ ਹੈ ਜੀ ਆਪਣਾ ਸਹਿਤ ਇਹ ਹੈਗਾ 200 ਗ੍ਰਾਮ ਠੀਕ ਹੈ ਜੀ ਇਹਨੂੰ ਤੁਸੀਂ ਕੋਸਾ ਗਰਮ ਕਰ ਲੈਣਾ ਕਿਉਂਕਿ ਇਹ ਬਹੁਤ ਗਾੜਾ ਹੋਇਆ ਹੋਇਆ ਹੁੰਦਾ ਜੀ ਇਹਨੂੰ ਕੋਸਾ ਜਿਹਾ ਗਰਮ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਕੇ ਰੱਖਣਾ ਜੀ ਇਹ ਉਦੋਂ ਬਾਅਦ ਇਹਨੂੰ ਤੁਸੀਂ ਕੰਚ ਦੇ ਬਰਤਨ 'ਚ ਪਾ ਕੇ ਰੱਖ ਦੇਣਾ ਸਾਰੇ ਨੁਸਖੇ ਨੂੰ ਠੀਕ ਹੈ ਜੀ ਇਹਨੂੰ 25 ਦਿਨ ਪਿਆ ਰਹਿਣ ਦੇਣਾ ਤੁਸੀਂ ਮਹੀਨਾ ਬੇਸ਼ੱਕ ਦੀ ਹੋ ਜਾਵੇ ਪਰ ਘੱਟ ਨਹੀਂ ਠੀਕ ਹੈ ਜੀ 25 ਦਿਨ ਜਾਂ ਮਹੀਨਾ ਇਹ ਤੁਸੀਂ ਜਿਹੜਾ ਸਾਰਾ ਤਿਆਰ ਕਰਕੇ ਨੁਸਖਾ ਰੱਖਿਆ ਹੋਇਆ ਮਹੀਨੇ ਬਾਅਦ ਫਿਰ ਤੁਸੀਂ 1 ਚਮਚਾ ਸਵੇਰੇ 1 ਚਮਚਾ ਸ਼ਾਮ ਨੂੰ ਠੀਕ ਹੈ ਜੀ ਜਿਹੜਾ ਸੁਬਹ ਵਾਲਾ ਚਮਚਾ ਹੈ ਉਹ ਤੁਸੀਂ ਖਾਲੀ ਪੇਟ ਲੈਣਾ ਹੈ ਜਿਹੜਾ ਸ਼ਾਮ ਵਾਲਾ ਰੋਟੀ ਤੋਂ 2 ਘੰਟੇ ਬਾਅਦ ਠੀਕ ਹੈ ਜੀ ਉਦੋਂ ਬਾਅਦ ਵੀ ਇਹ ਨਹੀਂ ਹੈਗਾ ਵੀ ਜਦੋਂ ਤੁਸੀਂ ਕੁਛ ਖਾ ਪੀ ਲਓ ਕੁਛ ਨਹੀਂ ਖਾਣਾ ਪੀਣਾ ਹਾਂ ਕੋਸੇ ਪਾਣੀ ਦਾ ਗਲਾਸ ਜ਼ਰੂਰ ਪੀ ਸਕਦੇ ਹੋ ਸਵੇਰੇ ਵੀ ਅਤੇ ਸ਼ਾਮ ਨੂੰ ਵੀ ਇਹਨੂੰ ਨੁਸਖੇ ਨੂੰ ਲੈਣ ਤੋਂ ਬਾਅਦ ਕੋਸੇ ਪਾਣੀ ਦਾ ਗਲਾਸ ਜ਼ਰੂਰ ਪੀ ਸਕਦੇ ਹੋ ਪਰ ਹੋਰ ਨਹੀਂ ਕੁਛ ਖਾਣਾ ਪੀਣਾ ਹੁਣ ਇਹ ਤੋਂ ਬਾਅਦ ਆ ਗਏ ਜੀ ਪਰਹੇਜ਼ ਪਰਹੇਜ਼ ਤੁਸੀਂ ਕਿਹੜੀ ਕਿਹੜੀ ਚੀਜ਼ ਤੋਂ ਰੱਖਣਾ ਦੇਖੋ ਚਾਹ ਅਤੇ ਕੌਫੀ ਬਾਹਰ ਦਾ ਫਾਸਟ ਫੂਡ ਘਰ ਦਾ ਤਲਿਆ ਹੋਇਆ ਜਾਂ ਘਰ ਵੀ ਆਪਾਂ ਕਈ ਵਾਰ ਬ੍ਰੈਡ ਪਕੌੜੇ ਕੱਢ ਲੈਂਦੇ ਹਾਂ ਇਹੀ ਜਿਹੀ ਚੀਜ਼ ਕੁਛ ਨਹੀਂ ਜੀ ਇੱਕ ਤੁਸੀਂ ਚੀਨੀ ਨਹੀਂ ਜੀ ਖਾਣੀ ਅਤੇ ਦੁੱਧ ਤੋਂ ਬਣੀ ਹੋਈ ਕੋਈ ਵੀ ਵਸਤੂ ਨਹੀਂ ਖਾਣੀ ਹੈਗੀ ਅਤੇ ਸ਼ੱਕਰ ਹੈ ਜਿਹੜੀ ਸ਼ੱਕਰ ਜਾਂ ਗੁੜ ਹੀ ਯੂਜ਼ ਕਰਨਾ ਤੁਸੀਂ ਠੀਕ ਹੈ ਜੀ ਇਹ ਪਰਹੇਜ਼ ਨਾਲ ਹੀ ਇਸ ਨੁਸਖੇ ਨੇ ਤੁਹਾਨੂੰ ਕੰਮ ਕਰਨਾ ਜੇ ਤੁਸੀਂ ਪਰਹੇਜ਼ ਨਾ ਰੱਖਿਆ ਤਾਂ ਇਹ ਨੁਸਖੇ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਠੀਕ ਹੈ ਜੀ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਨੇ ਇਹ ਕੋਈ ਵੀ ਤੁਹਾਨੂੰ ਗੱਲ ਨਾ ਸਮਝ ਆਈ ਕੋਈ ਗੱਲ ਨਹੀਂ ਕਮੈਂਟ 'ਚ ਪੁੱਛ ਲਿਓ ਪਰ ਇੱਕ ਗੱਲ ਹੋਰ ਰਿਕੁਐਸਟ ਕਰਦੀ ਹਾਂ ਮੈਂ ਵੀਡੀਓ ਨੂੰ ਸਾਰੀ ਨੂੰ ਧਿਆਨ ਨਾਲ ਦੇਖਿਆ ਕਰੋ
देखो कई तकलीफ होंगी है, कहिंदे तुसी भी बहुत बड़ी वीडियो बनाने हो, मैं पिछली वीडियो च भी यह गल कही है, पर कमेंट आने नहीं हटते है। देखो ये जड़िया चीज़ा बरीक बरीक चीज़ा होंदिया ने नुस्खिया दियाँ, जे आपां पूरे विस्तार नाल ना समझाया फिर भी थोनू समझ नहीं आना, जे तुसी विस्तार नाल देखिया ना तां भी थोनू समझ नहीं आना। ठीक है जी, वीडियो नू सवार के देखिया करो, मैं तां वीडियो पूरी बरीकी नाल देखिया करो, कमेंटां दी लोड़ पैंदी नहीं हैगी जे तुसी वीडियो नू एन बरीकी नाल देखो और सुनो। देखो आपां डॉक्टरां दे जाने आ, पहलां तां असीं 1000 रुपया तां नॉर्मल जाए वह ला के आने, फिर असी परची कटा के दो दो तीन तीन घंटे बैठे रहने, साडा नंबर नहीं लगता। वीडियो भैन कह दिंदियां ने कह तुसी बहुत लंबी गल नू खिंच ले जाने, थो तो 10 मिनट की वीडियो देखनी मुश्किल हो जाती है जी। ठीक है जी, मैं इस चीज़ नू अपना फर्ज समझदी हाँ, आपां किसी का भला करिए बहुत वधिया गल है जी। तो हुण दिओ इजाजत, कोई बोलदियां कोलो गलती होई होवे तां माफ़ करियो, साडे चैनल नू सबसक्राइब जरूर करियो जी, शेयर करियो ते लाइक करियो। ठीक है जी, सत श्री अकाल जी।